सब तो पहला प्यार भरी सत श्री अकाल। मैं मनजीत कौर सर्वित करी विद्या मंदिर मलेरकोटला तो अज मैं तुहाडे सामने विशा जो लैके आई हाँ वह है वर्णमाला उच्चारण यंत्र। भी उड़ा अड़ा जो है साड़ी वर्णमाला है उन्हों कित्थे कित्थे किस स्थान के उत्ते उचारिया जाता है उसके बारे अज आपां जानकारी हासिल करांगे। साड़ी कोई भी धुनिया ने जिहड़े सब तो छोटी इकाई जिहड़े असीं धुनिया नूं बोलदे जिहड़ी धुनि है कितों भी जो निकलेगी चाहे वह क वर्ग है चाहे वह च वर्ग है चाहे वह ट वर्ग है सारे साडे कंठ दे विच्चों ही धुनी जिहड़ी है निकलदी है पर वह किसी ना किसी स्थान ते आके रुक जाती है जिथे भी रुकेगी उत्थे ही उच्चारण जिहड़ा साडा होएगा। ठीक है आपां उड़े अड़े दे सा दी हैल्प दे नाल है सहायता दे नाल करांगे। सब तो पहला साडा मुख वर्ग उड़ा अड़ा इड़ी ससा हाहा ਇਹਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਉਚਾਰਦੇ ਹਾਂ ਇਹ ਸਵਰ ਹੋਣ ਕਰਕੇ ਇਹਨੂੰ ਕਿਤੇ ਵੀ ਸਥਾਨ ਤੇ ਜਿਹੜਾ ਹੈ ਰੋਕਿਆ ਨਹੀਂ ਜਾਂਦਾ ਬੇਰੋਕ ਹਵਾ ਜਿਹੜੀ ਹੈ ਸਾਡੀ ਬਾਹਰ ਨਿਕਲਦੀ ਹੈ। ਪਰ ਜਿਹੜੇ ਸਾਡੇ ਵਿਅੰਜਨ ਨੇ ਕ ਵਰਗ ਚ ਵਰਗ ਟ ਵਰਗ ਤ ਵਰਗ ਤੇ ਪ ਵਰਗ ਇਹ ਕਿਤੇ ਨਾ ਕਿਤੇ ਸਥਾਨ ਦੇ ਆ ਕੇ ਸਾਡੇ ਰੁਕਣਗੇ। ਠੀਕ ਹੈ ਸਭ ਤੋਂ ਪਹਿਲਾਂ ਕੰਠੀ ਜਿਹੜਾ ਕ ਵਰਗ ਹੈ ਉਹ ਸਾਡਾ ਕੰਠ ਦੇ ਵਿੱਚੋਂ ਨਿਕਲਦਾ ਹੈ। ਜਦੋਂ ਅਸੀਂ ਕ ਖ ਕ ਖ ਗ ਕ ਮੁਲ ਬੋਲਾਂਗੇ ਤਾਂ ਦੇਖਣਾ ਤੁਸੀਂ ਤੁਹਾਡੀ ਜਿਹੜੀ ਹੈ ਇਸ ਜਗ੍ਹਾ ਤੇ ਆ ਕੇ ਹਵਾ ਜਿਹੜੀ ਹੈ ਰੁਕਦੀ ਹੈ ਰੁਕਣ ਤੋਂ ਬਾਅਦ ਇੱਕਦਮ ਬਾਹਰ ਆਉਂਦੀ ਹੈ। ਠੀਕ ਹੈ ਜਿਸ ਤਰ੍ਹਾਂ ਹੈ ਆਪਾਂ ਬੋਲਦੇ ਹਾਂ ਕੱਕਾ ਖੱਖਾ ਗੱਗਾ ਘੱਗਾ ਮੰਗਾ ਫਿਰ ਇੱਕ ਵਾਰੀ ਰਿਪੀਟ ਕੱਕਾ ਖੱਖਾ ਗੱਗਾ ਘੱਗਾ ਗੰਗਾ। ਜੇ ਤੁਸੀਂ ਉਚਾਰਨ ਕਰੋਗੇ ਤੁਸੀਂ ਦੇਖੋਗੇ ਵੀ ਤੁਹਾਡੀ ਇਸ ਜਗ੍ਹਾ ਤੇ ਕੰਠ ਦੇ ਵਿੱਚ ਤੁਹਾਡੀ ਆਵਾਜ਼ ਹੈ ਜਿਹੜੀ ਰੁਕਦੀ ਹੈ ਰੁਕਣ ਤੋਂ ਬਾਅਦ ਇੱਕਦਮ ਬਾਹਰ ਆਉਂਦੀ ਹੈ। ਉਸੇ ਤਰੀਕੇ ਕਈ ਬੱਚੇ ਨੇ ਜਿਹੜੇ ਗੰਗੇ ਦੀ ਆਵਾਜ਼ ਹੈ ਜਿਹੜੀ ਬੜੀ ਗਲਤ ਉਹ ਕਰਦੇ ਨੇ ਘੱਗਾ ਜਿਹੜਾ ਗੰਗਾ ਨਹੀਂ ਹੈ ਨਿੰਝਾ ਬੋਲਦੇ ਨੇ ਨਿੰਝਾ ਨਹੀਂ ਨਿੰਝਾ ਤਾਂ ਅੱਗੇ ਆ ਗਿਆ ਗੰਗਾ ਜਿਹੜਾ ਹੈ ਹਮੇਸ਼ਾ ਪਿੱਛੇ ਕੰਠ ਦੇ ਵਿੱਚ ਹੀ ਬੋਲਿਆ ਜਾਏਗਾ ਕਿਉਂਕਿ ਸਾਡੇ ਵਿਆਕਰਨ ਕਾਰਨ ਹੈ ਸਾਡੀ ਇੱਕ ਧੁਨੀ ਨੂੰ ਇੱਕ ਲਾਈਨ ਦੇ ਵਿੱਚ ਹੀ ਰੱਖਿਆ ਹੈ। ਅਗਲੀ ਹੈ ਚ ਵਰਗ ਤਾਲਮੀ ਇਹਨੂੰ ਕਿਹੜੀ ਵਰਗ ਬੋਲਦੇ ਆ ਤਾਲਮੀ ਤਾਲ ਸਾਡਾ ਜਦੋਂ ਅਸੀਂ ਉਚਾਰਨ ਜਿਹੜੀ ਹਵਾ ਬਾਹਰ ਨਿਕਲੇਗੀ ਤਾਲੂਏ ਦੇ ਉੱਤੇ ਆਣ ਕੇ ਇਸ ਜਗ੍ਹਾ ਤੇ ਆ ਕੇ ਇਹ ਇਸ ਨੂੰ ਰੋਕੇਗਾ ਹਵਾ ਨੂੰ ਇੱਥੇ ਰੋਕਣ ਤੋਂ ਬਾਅਦ ਜਿਹੜੀ ਹਵਾ ਬਾਹਰ ਨਿਕਲੇਗੀ ਇੱਥੇ ਅਸੀਂ ਜਿਹੜੇ ਜਿੰਨੇ ਵੀ ਲਾਈਨ ਬੋਲਦੇ ਚ ਵਰਗ ਜਿਹੜਾ ਇਸਨੂੰ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਆਪਾਂ ਉਚਾਰਨ ਕਰਕੇ ਦੇਖਦੇ ਹਾਂ ਚਿੱਚਾ ਛਿੱਛਾ ਜਿੱਜਾ ਝਿੱਜਾ ਨਿੰਝਾ ਦੇਖੋਗੇ ਇਸ ਜਗ੍ਹਾ ਦੇ ਉੱਤੇ ਕੰਠ ਦੇ ਵਿੱਚੋਂ ਹੁਣ ਆਵਾਜ਼ ਨਿਕਲਣੀ ਬਸ ਇੱਥੋਂ ਨਿਕਲ ਰਹੀ ਪਰ ਇਸ ਜਗ੍ਹਾ ਤੇ ਆ ਕੇ ਜਿਹੜੇ ਤਾਲਮੇ ਦੇ ਜਿਹੜਾ ਉੱਚਾ ਹੈ ਜੀਭ ਤੇ ਉੱਪਰਲਾ ਤਾਲੂਆ ਜਿਹੜਾ ਸਾਡੀ ਆਵਾਜ਼ ਨੂੰ ਰੋਕਦਾ ਹੈ ਰੋਕਣ ਤੋਂ ਬਾਅਦ ਉਹ ਬਾਹਰ ਕੱਢਦਾ ਹੈ ਉਸਨੂੰ ਅਸੀਂ ਬੋਲਾਂਗੇ ਚ ਵਰਗ ਚਿੱਚਾ ਛਿੱਛਾ ਜਿੱਜਾ ਝਿੱਜਾ ਤੇ ਨਿੰਝਾ ਨਿੰਝੇ ਦੀ ਵੀ ਸਾਊਂਡ ਜਿਹੜੀ ਬਹੁਤ ਬੱਚਿਆਂ ਦੀ ਗਲਤ ਹੈ ਤਾਂ ਉਹਨੂੰ ਵੀ ਧਿਆਨ ਰੱਖ ਨਿੰਝਾ ਹੈ ਅੱਗੇ ਹੀ ਤਾਲਮੇ ਦੇ ਉੱਤੇ ਹੀ ਰੋਕ ਕੇ ਬੋਲਣਾ ਹੈ ਤਾਂ ਕਿ ਤੁਹਾਡੀ ਸਾਊਂਡ ਜਿਹੜੀ ਧੁਨੀ ਹੈ ਸਹੀ ਨਿਕਲ ਸਕੇ। ਉਸ ਤੋਂ ਬਾਅਦ ਉਲਟ ਜੀਭੀ ਠੀਕ ਹੈ ਟੈਂਕੇ ਵਾਲੀ ਜਦੋਂ ਸਾਡੀ ਜੀਭ ਹੈ ਜਿਹੜੀ ਉਲਟ ਕੇ ਮੋੜ ਖਾ ਕੇ ਜਦੋਂ ਉੱਪਰ ਤਾਲਮੇ ਨੂੰ ਲੱਗੇਗੀ ਤਾਂ ਉੱਥੇ ਆਣ ਕੇ ਉਹ ਹਵਾ ਨੂੰ ਰੋਕੇਗੀ ਤੇ ਇੱਕਦਮ ਫਿਰ ਸਿੱਧੀ ਮੂੰਹ ਕਰਕੇ ਬਾਹਰ ਹਵਾ ਆਏਗੀ ਉਸ ਨੂੰ ਅਸੀਂ ਬੋਲਾਂਗੇ ਉਲਟ ਜੀਭੀ। ਇਹ ਕਿਹੜੀ ਵਰਗ ਹੋਏਗੀ ਕਿਹੜੀ ਲਾਈਨ ਹੋਏਗੀ ਟ ਵਰਗ ਕਿਹੜੀ ਬੋਲਾਂਗੇ ਜੀ ਅਸੀਂ ਟ ਵਰਗ ਜਿੰਨੇ ਵੀ ਟੈਂਕੇ ਵਾਲੀ ਲਾਈਨ ਜਿਹੜੀ ਸਾਰੀ ਦੀ ਸਾਰੀ ਹੈ ਸਾਡੀ ਉਹ ਸਾਡੀ ਉਲਟ ਜੀਭੀ ਦੇ ਨਾਲ ਹੀ ਹਵਾ ਨੂੰ ਬਾਹਰ ਕੱਢੇਗੀ। ਇੱਕ ਵਾਰ ਆਪਾਂ ਟੈਂਕਾ ਠੱਠਾ ਡੱਡਾ ਟੱਡਾ ਨਾਣਾ ਇਹ ਹੋ ਗਿਆ ਸਾਡਾ ਟ ਵਰਗ। ਅਗਲਾ ਹੈ ਜੀ ਦੰਤੀ ਜਦੋਂ ਸਾਡੀ ਜੀਭ ਹੈ ਜਿਹੜੀ ਦੰਦਾਂ ਦੇ ਨਾਲ ਟਕਰਾ ਕੇ ਜਿਹੜੀ ਹਵਾ ਨੂੰ ਰੋਕੇਗੀ ਤਾਂ ਫਿਰ ਬਾਹਰ ਆਏਗੀ ਉਸਨੂੰ ਅਸੀਂ ਬੋਲਾਂਗੇ ਦੰਤੀ। ਇਹ ਕਿਹੜਾ ਵਰਗ ਕਿਹੜੀ ਲਾਈਨ ਹੋਏਗੀ ਸਾਡੀ ਤ ਵਰਗ ਤੱਤੇ ਵਾਲੀ ਲਾਈਨ ਜਿਹੜੀ ਸਾਡੀ ਹੈ ਉਹਦੇ ਨਾਲ ਸਾਡੀ ਜਦੋਂ ਉਚਾਰਨ ਕਰਦੇ ਹਾਂ ਜੀਭ ਹੈ ਜਿਹੜੀ ਸਾਡੀ ਉਹ ਕਿਹਦੇ ਨਾਲ ਟਕਰਾਉਂਦੀ ਹੈ ਪਿਛਲੇ ਦੰਦਾਂ ਦੇ ਨਾਲ ਟੱਚ ਕਰਕੇ ਨਾਲ ਲੱਗਦੀ ਹੈ ਉਸ ਤੋਂ ਬਾਅਦ ਰੋਕਣ ਤੋਂ ਬਾਅਦ ਹਵਾ ਜਿਹੜੀ ਅਸੀਂ ਬਾਹਰ ਕੱਢਦੇ ਹਾਂ ਉਚਾਰਨ ਕਰਦੇ ਹਾਂ ਆਪਾਂ ਤੱਤਾ ਥੱਥਾ ਦੱਦਾ ਤੱਦਾ ਨੰਨਾ ਫਿਰ ਇੱਕ ਵਾਰੀ ਰਿਪੀਟ ਤੱਤਾ ਥੱਥਾ ਦੱਦਾ ਤੱਦਾ ਨੰਨਾ ਇਹ ਸਾਰੇ ਦੀ ਜਦੋਂ ਬੋਲੀ ਤੱਤੇ ਵਾਲੀ ਲਾਈਨ ਤਾਂ ਜੀਭ ਹੈ ਜਿਹੜੀ ਸਾਡੀ ਦੰਦਾਂ ਦੇ ਪਿਛਲੇ ਹਿੱਸੇ ਨੂੰ ਜਿਹੜੀ ਹੈ ਛੂਹ ਕੇ ਨਿਕਲਦੀ ਹੈ ਤੇ ਹਵਾ ਨੂੰ ਰੋਕਦੀ ਹੈ ਤੇ ਇੱਕਦਮ ਫਿਰ ਬਾਹਰ ਛੱਡਦੀ ਹੈ। ਅਗਲਾ ਕਰਾਂਗੇ ਜੀ ਹੋਂਠੀ ਜਦੋਂ ਸਾਡੇ ਬੁੱਲ ਹੈ ਜਿਹੜੇ ਨਾਲ ਆਪਸ ਦੇ ਵਿੱਚ ਜੁੜਦੇ ਨੇ ਤਾਂ ਫਿਰ ਹਵਾ ਉੱਥੇ ਰੁਕਦੀ ਹੈ ਤਾਂ ਫਿਰ ਬਾਹਰ ਨਿਕਲਦੀ ਹੈ ਉਹ ਕਿਹੜਾ ਹੋਏਗਾ ਹੋਂਠੀ ਉਸਨੂੰ ਬੋਲਦੇ ਹਾਂ ਉਹ ਪ ਵਰਗ ਜਿਹੜੀ ਪੱਪੇ ਵਾਲੀ ਲਾਈਨ ਹੈ ਉਹ ਹੋਂਠੀ ਦੇ ਉੱਤੇ ਬੋਲੀ ਜਾਂਦੀ ਹੈ। ਇੱਕ ਵਾਰੀ ਰਿਪੀਟ ਬੋਲਦੇ ਹਾਂ ਆਪਾਂ ਇਹਨੂੰ ਪੱਪਾ ਫੱਫਾ ਬੱਬਾ ਪੱਬਾ ਮੰਮਾ ਜਦੋਂ ਵੀ ਬੋਲਿਆ ਪੱਪਾ ਬੋਲ ਕੇ ਦੇਖਿਆ ਤਾਂ ਬੁੱਲ੍ਹੇ ਜਿਹੜੇ ਸਾਡੇ ਆਪਸ ਦੇ ਵਿੱਚ ਟਕਰਾਉਂਦੇ ਨੇ ਜੁੜਦੇ ਨੇ ਤਾਂ ਫਿਰ ਇੱਕਦਮ ਬਾਹਰ ਨਿਕਲਦੀ ਆਵਾਜ਼
ਉਸਨੂੰ ਦੀ ਹਵਾ ਧੁਨੀ ਨੂੰ ਉਸਨੂੰ ਅਸੀਂ ਬੋਲਾਂਗੇ ਪੱਪਾ ਪ ਵਰਗ ਪੱਪਾ ਪੱਪਾ ਬੱਬਾ ਪੱਬਾ ਮੰਮਾ ਅੱਗੇ ਸਾਡੀ ਅੰਤਿਮ ਵਰਗ ਤੇ ਨਵੀਨ ਵਰਗ ਇਹਨਾਂ ਦੇ ਬਾਰੇ ਚ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਥੈਂਕ ਯੂ